ਇਹਨੇ ਭਾਈ ਕਿਸੇ ਟਾਈਮ ਰਾਜ ਕੀਤਾ ਮਾਰਕੀਟ 'ਤੇ ਰਾਜ, ਅਤੇ ਜਿਹੜੇ ਹਿਸਾਬ ਨਾਲ ਇਹਦੀ ਅੱਜ ਬਿਲਡ ਕੁਆਲਿਟੀ ਆ, ਇਹ ਮਿਹਨਤ ਕਰ ਰਹੀ ਆ ਕੰਪਨੀ 65 HP ਦੀ ਕੈਟਾਗਰੀ 'ਚ, ਆਉਣ ਵਾਲੇ ਟਾਈਮ 'ਚ ਇਹ ਟਰੈਕਟਰ ਖੇਡੂਗਾ, ਕਿਸੇ ਪੱਖ ਤੋਂ ਕੋਈ ਘਾਟ ਬਾਅਦ ਨਹੀਂ ਵੈਂਟ ਪਾਵਰ 'ਚ ਹੈਗੀ ਇਹ 'ਚ ਕਿਸੇ ਵੀ ਪੱਖ ਤੋਂ। ਬਾਕੀ ਆਪਣੀ ਆਪਣੀ ਚੋਇਸ ਆ। ਆ ਜਾਓ ਤੁਹਾਨੂੰ ਕੁਛ ਡੂੰਘੀਆਂ ਗੱਲਾਂ ਦੱਸੀਏ ਵੀ ਤੁਹਾਨੂੰ ਇਹ ਟਰੈਕਟਰ ਕਿਉਂ ਲੈਣਾ ਚਾਹੀਦਾ, ਇਹਦੇ ਪਿੱਛੇ ਕਾਰਨ ਕੀ ਆ, ਇਹਦੇ 'ਚੋਂ ਕਿਹੜੀਆਂ ਖੂਬੀਆਂ ਨੇ ਜਿਹੜੀਆਂ ਤੁਹਾਨੂੰ ਸਿਰਫ ਇਸੇ 'ਚੋਂ ਮਿਲ ਸਕਦੀਆਂ ਨੇ। ਇਹ ਤਰੰਤਰ ਰਿਹਾ ਕਿਸੇ ਟਾਈਮ ਦਾ ਕਿਉਂ। ਹਾਂਜੀ ਸੋਹਣਿਓ ਸੱਜਣੋ, ਇਹ ਹੈਗਾ ਫਾਰਮ ਟਰੈਕ 60/65 CRDI 4x4 ਘੋੜਾ ਗੇਅਰ 'ਚ ਇਹ ਆਉਂਦਾ, ਫੁੱਲੀ ਲੋਡਡ ਮਾਡਲ ਹੈ। ਇਹਦੇ 'ਚ ਕੀ ਸਹੂਲਤਾਂ ਨੇ, ਕੰਪਨੀ ਕੀ ਕਹਿੰਦੀ ਆ, ਪਹਿਲਾਂ ਉਹਦੇ 'ਤੇ ਝਾਤ ਮਾਰ ਲਈਏ। ਇਹ ਜੀ 4 ਸਿਲੰਡਰ ਇੰਜਨ ਹੈ, 3682 CC ਆ, 2000 ਰੇਟਡ ਇਹਦਾ ਇੰਜਨ ਆ, ਅਤੇ 16+8 ਸ਼ਿੰਕਰੋ ਹੈ, ਅਤੇ ਮਿਨੀਮਮ ਸਪੀਡ ਇਹਦੀ 2 ਕਿਲੋਮੀਟਰ ਤੋਂ ਲੈ ਕੇ 31.2 ਤੱਕ ਹੈ ਜੀ ਰੇਟਡ RPM 'ਤੇ। ਅੱਗੇ ਆ ਗਿਆ ਜੀ ਤੁਹਾਡਾ 26 ਕੁਇੰਟਲ ਦੀ ਲਿਫਟ ਕੈਪੈਸਿਟੀ ਆ ਜੀ, ਤਾਕਤਵਰਧਕ ਸਟੇਅਰਿੰਗ ਦੇ ਨਾਲ, 540 ਅਤੇ RPTO, ਅਤੇ 1810 'ਤੇ ਇਹ ਪੂਰੇ ਕਰ ਦਿੰਦਾ ਆਪਣੇ PTO ਚੱਕਰ। 9/5/24 ਦੇ ਫਰੰਟ ਟਾਇਰ, 16/9/30 ਦੇ ਇਹਦੇ ਪਿਛਲੇ ਟਾਇਰ ਨੇ ਜੀ। ਇੱਥੇ ਟਾਇਰ ਸਾਈਜ਼ ਵੈਸੇ 2 ਦਿੱਤੇ ਹੋਏ ਨੇ, ਇੱਕ ਦਿੱਤਾ ਵਾ 9/5/24 ਅਤੇ 16/9/28, ਇੱਕ 11/2/24, 16/9/30, ਸ਼ਾਇਦ ਅਲੱਗ ਅਲੱਗ ਏਰੀਆਸ 'ਚ ਟਾਇਰ ਦੇ ਫਰਕ ਨਾਲ ਆਉਂਦਾ ਹੋਵੇ। 28 ਕੁਇੰਟਲ 50 ਕਿਲੋ ਦਾ ਟਰੈਕਟਰ ਆ, ਬਹੁਤ ਭਾਰਾ ਟਰੈਕਟਰ ਆ ਇਹ। ਅਤੇ ਬਾਕੀ ਗੱਲਾਂ, 42.5 ਲੀਟਰ ਪਿੱਛੇ ਤੇਲ ਢਾਂਚੇ 'ਚ ਪੈਂਦਾ ਇਹਦੇ, ਬਾਕੀ ਕੋਈ ਗੱਲਾਂ ਤੁਹਾਡੇ ਬਹੁਤੇ ਕੰਮ ਦੀਆਂ ਨਹੀਂ, ਉਹ ਦੂਈਆਂ ਹੀ ਨੇ। ਫਿਰ ਇਹਦੀ ਆਪਾਂ ਬੁਧਨੀ ਦੀ ਰਿਪੋਰਟ 'ਤੇ ਵੀ ਥੋੜ੍ਹੀ ਜਿਹੀ ਗੱਲ ਕਰ ਲਾਂਗੇ। ਜੇ ਬੁਧਨੀ ਦੀ ਰਿਪੋਰਟ ਦੀ ਗੱਲ ਕਰ ਲਈਏ ਜੀ, ਇਹਨਾਂ ਨੇ 43.7 ਕਿਲੋਵਾਟ, ਮਤਲਬ ਕਿ ਉਹ ਬਣਦਾ 57 HP ਦੀ ਇਹਨੇ PTO 'ਤੇ ਪਾਵਰ ਹੈ, ਇਹਦੀ ਪਾਵਰ ਐਟ ਰੇਟਡ ਇੰਜਨ RPM, ਰੇਟਡ RPM 'ਤੇ ਵੀ 43.7 ਕਿਲੋਵਾਟ, ਜਾਣੀ ਕਿ 57 ਜਾਂ ਤੁਸੀਂ ਜੇ ਮੈਂ ਗਲਤ ਨਾ ਹੋਵਾਂ ਗੁਣਾ ਘਟਾਓ ਕਰ ਲਿਓ, ਅਤੇ 265 Nm ਇਹਦੀ ਟੋਰਕ ਹੈ ਜੀ। ਇਹਦੀ ਬੈਕਅਪ ਟੋਰਕ ਮੈਨੂੰ ਸਮਝ ਨਹੀਂ ਆਈ, ਪਤਾ ਨਹੀਂ ਇਹਨੇ ਮੈਨੂੰ ਪੜ੍ਹਨਾ ਨਹੀਂ ਆ ਰਿਹਾ ਜਾਂ ਇਹਨਾਂ ਨੇ ਗਲਤ ਲਿਖੀ ਹੋਈ ਆ। ਮੇਰਾ ਖਿਆਲ ਆ ਗਲਤ ਹੀ ਆ, 22.3 ਤਾਂ ਹੋ ਨਹੀਂ ਸਕਦੀ, ਇਹਨੂੰ ਤੁਸੀਂ ਛੱਡ ਦਿਓ, ਵੱਧ ਹੋਊਗੀ ਡੈਫੀਨੇਟਲੀ। ਬਾਕੀ ਹੋਰ ਇਹਦਾ ਕੁਛ ਨਹੀਂ ਹੈ, CC ਤੁਹਾਨੂੰ ਦੱਸਤੀ ਆ, ਬੁਧਨੀ ਮੇਨ ਆ ਜਿਹੜਾ ਉਹ ਤੁਹਾਡਾ PTO 'ਤੇ ਹੀ ਉਹ ਕਰਦਾ ਹੁੰਦਾ। ਹੁਣ ਆ ਜਾਓ ਅੱਗੇ ਇਹਦੀ ਡਿਟੇਲ 'ਚ ਆਪਾਂ ਗੱਲ ਕਰ ਲਈਏ। ਬ੍ਰਦਰ ਇਹ ਲੋ ਹਾਈ ਮੀਡੀਅਮ ਨਹੀਂ ਹੈਗਾ, ਇਹਦੇ ਆਹ ਗੇਅਰ ਲੱਗਿਆ ਹੋਇਆ, ਪਰਲੇ ਪਾਸੇ ਇਹਦੇ 1, 2, 3, 4 ਗੇਅਰ ਨੇ, ਇੱਧਰਲੇ ਪਾਸੇ ਇਹਦੇ ਰਿਵਰਸ ਅਤੇ ਤੁਹਾਡਾ ਸਪੈਸ਼ਲ ਅਤੇ ਫੋਰਵਰਡ ਆ, ਰਿਵਰਸ ਫੋਰਵਰਡ ਅਤੇ ਸਪੈਸ਼ਲ। ਆਹ ਜਿਹੜਾ ਕੀਲਾ ਲਵੇ ਲੱਗਿਆ ਵਾ, ਇੱਧਰੋਂ ਇਹ ਲੋ ਹਾਈ ਆ, ਇਹ ਲੋ ਹਾਈ ਮੀਡੀਅਮ 3 ਸਪੀਡਾਂ ਨਹੀਂ, ਇਹਦੇ ਇੱਕ ਸਪੈਸ਼ਲ ਹਾਫ ਗੇਅਰ ਇਹਨੂੰ ਕਹਿ ਦਿੰਦੇ ਨੇ ਜੇ ਆਪਾਂ ਗੇਅਰ ਤੋਂ ਗੱਲ ਕਰ ਲਈਏ। ਹਾਫ ਗੇਅਰ ਦਾ ਇਹਦਾ ਭਾਵ ਕੀ ਆ, ਜਿਵੇਂ ਮੰਨ ਕੇ ਚੱਲੋ ਤੁਸੀਂ ਦੂਜੇ ਹਾਈ 'ਚ ਜਾ ਰਹੇ ਹੋ, ਤੁਸੀਂ ਉਹਦਾ ਸਪੈਸ਼ਲ ਕਰਤਾ, ਉਹਦਾ ਕੀ ਹੋ ਜਾਣਾ, ਡੇਢ ਗੇਅਰ ਹੋ ਜਾਣਾ, ਪਹਿਲੇ ਹਾਈ ਤੋਂ ਉੱਪਰ ਦੂਜੇ ਹਾਈ ਤੋਂ ਥੱਲੇ, ਇਹਨੂੰ ਡੇਢ ਗੇਅਰ ਕਹਿੰਦੇ ਨੇ। ਤੁਸੀਂ ਪਹਿਲੇ ਲੋ 'ਚ ਜਾ ਰਹੇ ਹੋ, ਤੁਸੀਂ ਇਹਨੂੰ ਸਪੈਸ਼ਲ 'ਚ ਕਰਤਾ, ਇਹਦਾ ਤੋਰਾ ਅੱਧਾ ਰਹਿ ਜਾਣਾ। ਜੇ ਇਹਦੀਆਂ ਸਪੀਡਾਂ ਦੀ ਗੱਲ ਕਰੀਏ, ਉਹ ਮੈਂ ਚਾਰਟ ਨਾਲ ਜੋੜ ਦਿੰਦਾ, ਉਹ ਤੁਸੀਂ ਸਾਰੀਆਂ ਨਾਲੋਂ ਨਾਲ ਆਪਣੀਆਂ ਪੜ੍ਹੀ ਜਾਣੀਆਂ ਨੇ।
ਸਪੀਡਾਂ ਦੀ ਜਿੱਥੇ ਤੱਕ ਗੱਲ ਆ 1500 ਤੇ ਇਹ 1.25 ਕਿਲੋਮੀਟਰ ਤੇ ਆ ਜਾਂਦਾ। ਸਪੀਡਾਂ ਇਹਦੀਆਂ ਕੰਮ ਦੇਣ ਲਈ ਸਾਰੀਆਂ ਵਧੀਆ ਨੇ, ਬਟ ਨੋਟ ਏ ਕ੍ਰੀਪਰ ਗੇਅਰ, ਇਹ ਕ੍ਰੀਪਰ ਨਹੀਂ ਹੈਗਾ, ਪਰ ਸਪੀਡਾਂ ਸਾਰੀਆਂ ਪ੍ਰੋਪਰ ਨੇ ਇਹਦੀਆਂ। ਹਾਲੇ ਇਹਨੇ ਮਾਰਕੀਟ 'ਚ ਕੋਈ ਬਹੁਤੀ ਪਕੜ ਨਹੀਂ ਬਣਾਈ, ਕਿਉਂਕਿ CRDI 'ਚ ਪਹਿਲਾਂ ਦਿੱਕਤਾਂ ਸਾਰਿਆਂ 'ਚ ਆਈਆਂ ਨੇ, ਮਾੜੀਆਂ ਮੋਟੀਆਂ ਸ਼ਾਇਦ ਇਹਦੇ 'ਚ ਵੀ ਆਈਆਂ ਹੋਣਗੀਆਂ। ਅਗਲਾ ਹਿੱਸਾ ਇਹਦਾ ਮੇਰਾ ਖਿਆਲ ਹੈ ਕਰਾਰੋ ਹੈ, ਪਿੱਛੇ ਫਾਰਮ ਟਰੈਕ ਨੇ ਪਤਾ ਨਹੀਂ ਆਪ ਡਿਜ਼ਾਈਨ ਕੀਤਾ, ਪਤਾ ਨਹੀਂ ਕਰਾਰੋ ਆ, ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ, ਮੈਂ ਝੂਠ ਬੋਲਾਂ। 4 ਸਿਲੰਡਰ ਨਾਲ ਇਹ ਵਿਦ ਟਰਬੋ ਆਉਂਦਾ ਅਤੇ ਅਗਲਾ ਸਾਰਾ ਸਿਸਟਮ ਇਹਦਾ ਜਿਹੜਾ ਐਪੀ ਸਾਈਕਲਿਕ ਆ, ਅਤੇ ਇਹਦੇ ਇੱਕ ਹੋਰ ਬਹੁਤ ਗੁਣ ਵਾਲੀ ਚੀਜ਼ ਆ ਇਹਦੇ ਨਾ, ਇਹਨਾਂ ਨੇ ਟਰਬੋ 'ਚ ਟਰਬੋ ਮਰਦੀ ਕਿੱਥੋਂ ਆ, ਮਾੜੇ ਤੇਲ ਨਾਲ ਸਭ ਤੋਂ ਪਹਿਲਾਂ ਟਰਬੋ 'ਤੇ ਅਸਰ ਪੈਂਦਾ, ਇਹਨਾਂ ਨੇ ਨਾਲ ਫਿਲਟਰ ਲਾਤਾ ਟਰਬੋ ਦੇ, ਟਰਬੋ ਨੂੰ ਜਿਹੜੀ ਲੁਬਰੀਕੇਸ਼ਨ ਜਾਂਦੀ ਆ ਉਹ ਥਰੂ ਫਿਲਟਰ ਜਾਂਦੀ ਆ, ਆਹ ਤਾਂ ਤੁਹਾਡੇ ਮੂਹਰਲੇ ਫਿਲਟਰ ਹੋ ਗਿਆ, ਕੂਲਰ ਗਾਲਰ ਜਾਂ ਜੋ ਵੀ ਆ, ਉਹ ਇਹਨੂੰ ਸਾਰਾ ਜਿਹੜਾ ਲੁਬਰੀਕੇਸ਼ਨ ਆ ਉਹ ਫਿਲਟਰ ਹੋ ਕੇ ਜਾਂਦਾ। ਟਰਬੋ 'ਤੇ ਫਿਲਟਰ ਸਿਰਫ ਇਹਨਾਂ ਨੇ ਲਾਇਆ, ਆਹ ਛੋਟੀ ਜਿਹੀ ਸਾਈਡ 'ਤੇ ਟਰਬੋ ਲੱਗੀ ਹੋਈ ਆ, ਅਤੇ ਇਹਨੂੰ ਸਪੈਸ਼ਲੀ ਟਰਬੋ ਨੂੰ ਇੱਕ ਫਿਲਟਰ ਲਾਇਆ ਹੋਇਆ ਇਹਨਾਂ ਨੇ। ਅਗਲੀ ਗੱਲਾਂ ਆ ਗਈਆਂ ਸਪੀਡ ਦਾ, ਤੁਸੀਂ ਚਾਰਟ ਦੇਖ ਲਿਓ ਇੰਜਣ ਦੇ, ਤੁਸੀਂ ਨਾਲੋ ਨਾਲ ਦਰਸ਼ਨ ਕਰੀ ਜਾਓ। ਗੇਅਰ ਦਾ ਤੁਹਾਨੂੰ ਕਲੀਅਰ ਕਰਤਾ, 26 ਕੁਇੰਟਲ ਦੀ ਲਿਫਟ ਕੈਪੈਸਿਟੀ ਆ, CRDI 'ਚ ਹੈਗਾ ਕੋਮਨ ਰੇਲ ਡਾਇਰੈਕਟ ਇੰਜੈਕਸ਼ਨ 'ਚ। ਅਗਲੀ ਗੱਲ ਕਰ ਲਈਏ ਵੀ ਇਹ ਕਿਉਂ ਲੈਣਾ ਚਾਹੀਦਾ। ਦੇਖੋ ਹਰ ਚੀਜ਼ ਦੀ ਇੱਕ ਖੂਬਸੂਰਤੀ ਹੈ, ਫਾਰਮ ਟਰੈਕ ਦੀ ਖੂਬਸੂਰਤੀ ਆ ਉਹਦੀ ਮੈਸੀਦੀਅਰ ਫਾਰਮ ਟਰੈਕ ਦੀ ਲਿਫਟ, ਜਿੰਨੇ ਵੱਡੇ ਟਰੈਕਟਰ ਅੱਜ ਆ ਰਹੇ ਨੇ ਚਾਹੇ ਉਹ ਕੋਈ ਵੀ ਲੈ ਲਓ, ਲਿਫਟ ਦਾ ਕੰਟਰੋਲ ਹਰੇਕ ਟਰੈਕਟਰ ਦਾ ਹੀ ਘੱਟ ਗਿਆ, ਪਰ 2 ਟਰੈਕਟਰ ਨੇ ਫਾਰਮ ਟਰੈਕ ਅਤੇ ਮੈਸੀ। ਹੁਣ ਜਿਹੜੇ ਕਈ ਸਿਆਣੇ ਬਜ਼ੁਰਗ ਬੰਦੇ ਨੇ ਉਹਨਾਂ ਨੂੰ ਲਿਫਟ ਨਹੀਂ ਹੱਥ ਲੱਗਦੀ, ਮੈਂ ਚਲਾਇਆ ਤਾਂ ਹੈ ਨਹੀਂ ਪਰ ਮੈਂ ਇੰਨਾ ਕੁ ਸ਼ੋਰ ਹਾਂ ਕਿ ਇਹਦੀ ਲਿਫਟ ਦੀ ਜਿਹੜੀ ਸੈਂਸਿੰਗ ਆ ਉਹ ਪਹਿਲਾਂ ਵਾਲੇ ਫਾਰਮ ਟਰੈਕ ਵਰਗੀ ਹੀ ਹੋਊਗੀ, ਉਹ ਤੋਂ ਮਾੜੀ ਹੋ ਨਹੀਂ ਸਕਦੀ, ਕਿਉਂਕਿ ਇਹ ਹਰ ਕੰਪਨੀ ਦਾ ਆਪੋ ਆਪਣਾ ਗੁਣ ਹੁੰਦਾ। ਜੇ ਤੁਸੀਂ ਖੂਬਸੂਰਤ ਲਿਫਟ ਦੇਖਣੀ ਆ ਜਾਂ ਜਿੱਦਾਂ ਤੁਸੀਂ ਕਿਰਾਏ ਦਾ ਕੰਮ ਕਰਨਾ ਜਾਂ ਹੋਰ ਕੋਈ ਤੁਹਾਨੂੰ ਲਿਫਟ ਦੀ ਸੈਂਸਿੰਗ ਜ਼ਿਆਦਾ ਚਾਹੀਦੀ ਆ ਤਾਂ ਤੁਸੀਂ ਇਹ ਟਰੈਕਟਰ ਨੂੰ ਡੈਫੀਨੇਟਲੀ ਕੰਸਿਡਰ ਕਰ ਸਕਦੇ ਹੋ। ਨੰਬਰ 2 'ਤੇ ਕੋਮਪੈਕਟ ਡਿਜ਼ਾਈਨ, ਫਾਰਮ ਟਰੈਕ ਕਿਉਂ ਮਸ਼ਹੂਰ ਹੋਇਆ, ਕੋਮਪੈਕਟ ਡਿਜ਼ਾਈਨ। ਇੰਡੀਆ 'ਚ ਉਹ ਟਰੈਕਟਰ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਬੁੱਕਲ ਦਾ ਟਰੈਕਟਰ ਆ, ਬੁੱਕਲ ਦੇ ਨੂੰ ਇਕੱਲੇ ਇੰਡੀਆ 'ਚ ਨਹੀਂ ਸਾਰੀ ਦੁਨੀਆ 'ਚ ਪਸੰਦ ਕਰਿਆ ਜਾਂਦਾ, ਇਸੇ ਕਰਕੇ ਜਿਹੜੀ ਅੱਜ ਤੱਕ ਇੱਕ ਕੋਮਪੈਕਟ ਡਿਜ਼ਾਈਨ 'ਚ ਆਉਂਦਾ। ਟਾਇਰ ਜਿੱਡੇ ਜਿੱਡੇ ਮਰਜ਼ੀ ਹੁਣ ਉੱਪਰੋਂ ਜਮਾ ਨਿੱਕਾ ਜਿਹਾ ਹੋਊਗਾ, ਉਹਦਾ ਇੱਕ ਬੈਲੈਂਸ, ਉਹ ਕੰਫਰਟ ਉਹ ਵੱਧ ਹੁੰਦਾ ਹਮੇਸ਼ਾ ਹੀ। ਇਹਨੇ ਫਾਰਮ ਟਰੈਕ ਨੇ ਲਿਫਟ ਦੇ ਸਿਰ 'ਤੇ ਬਹੁਤ ਵੱਡਾ ਰਾਜ ਕਰਿਆ, ਲਿਫਟ ਟਰੈਕਟਰ ਦੀ ਖੂਬਸੂਰਤੀ ਹੁੰਦੀ ਆ। ਜੇ ਤੁਸੀਂ ਕੋਮਪੈਕਟ ਟਰੈਕਟਰ ਚਾਹੁੰਦੇ ਹੋ ਪਲੱਸ ਤੁਸੀਂ ਚਾਹੁੰਦੇ ਹੋ ਲਿਫਟ ਦੀ ਸੈਂਸਿੰਗ ਤਾਂ ਤੁਸੀਂ ਇਹ ਟਰੈਕਟਰ ਨੂੰ ਵਿਚਾਰ ਸਕਦੇ ਹੋ। ਨੰਬਰ ਆਫ ਸਿਲੰਡਰ 4 ਆ, ਜਿਹੜੀ ਇਹਦੀ ਫਿਊਲ ਦੀ ਕੰਜ਼ਮਪਸ਼ਨ ਮੈਂ ਜਿੰਨੀ ਆਲੇ ਦੁਆਲਿਓਂ ਮੈਨੂੰ ਪਤਾ ਲੱਗੀ ਆ, ਆਮ ਟਰੈਕਟਰਾਂ ਨਾਲੋਂ ਥੋੜ੍ਹੀ ਜਿਹੀ ਘੱਟ ਕਰਦਾ। ਇੰਨਾ ਕੁ ਮੈਂ ਜਾਣੀ ਕਿ ਮੈਂ ਪੱਕਾ ਨਹੀਂ ਕਹਿ ਸਕਦਾ, ਜੋ ਮੈਨੂੰ ਆਲੇ ਦੁਆਲਿਓਂ ਆਵਾਜ਼ ਆਈ ਆ ਵੀ ਫਿਊਲ ਦੀ ਕੰਜ਼ਮਪਸ਼ਨ ਇਹਦੀ ਕਾਫੀ ਹੱਦ ਤੱਕ ਸਹੀ ਆ, ਅਤੇ ਇੰਜਣ ਦੀ ਜ਼ੋਰ ਪਰਫੋਰਮੈਂਸ ਖਾਸਾ ਹੀ ਜ਼ੋਰ ਲਾਉਂਦਾ, ਮਤਲਬ ਜ਼ੋਰ ਪੱਖ ਤੋਂ ਕਿਸੇ ਪੱਖ ਤੋਂ ਘੱਟ ਨਹੀਂ ਹੈਗਾ। ਇੱਕੇ 'ਚ ਬਹੁਤ ਵੱਡੀ ਕਮੀ ਆ, ਉਹ ਮੈਂ ਕੰਪਨੀ ਨੂੰ ਬੇਨਤੀ ਕਰਦਾ ਇਹਦਾ ਟੈਂਕੀ ਵਾਲਾ ਢੱਕਣ ਸਹੀ ਕਰੋ, ਤੇਲ ਪਾਉਣ ਦਾ ਬੜਾ ਜੱਬ ਆ, ਪੰਪ ਤੋਂ ਤਾਂ ਪੈ ਜਾਂਦਾ, PP ਲਾਉਣਾ ਔਖਾ, ਉਹ ਸਹੀ ਕਰਨਾ ਚਾਹੀਦਾ। ਬਾਕੀ ਇਹਦੇ ਪਿਛਲੇ ਵੇਟ ਆਉਂਦੇ ਨਹੀਂ, ਅੱਗੇ ਇੱਦਾਂ ਹੀ ਵੇਟ ਬਣੇ ਤਣੇ ਆਉਂਦੇ ਨੇ, ਅੱਗਿਓਂ ਐਪੀ ਸਾਈਕਲਿਕ ਵਾਲਾ ਹਿੱਸਾ, ਪਿੱਛੋਂ ਵੀ ਇਹ ਸਾਰਾ ਐਪੀ ਸਾਈਕਲਿਕ ਹੈ, ਅਤੇ ਵਿਦ ਪਲੇਟਫਾਰਮ ਹੈ, ਹਰ ਤਰ੍ਹਾਂ ਦੀ ਸਹੂਲਤ ਜੋ ਅੱਜ ਦੇ ਟਰੈਕਟਰ 'ਚ ਹੋਣੀ ਚਾਹੀਦੀ ਆ, BS4 ਹੈ, ਉਹ ਸਾਰੀਆਂ ਹੈਗੀਆਂ ਨੇ। ਡਬਲ ਐਕਟਿੰਗ ਹਿੱਸਾ, ਬਾਕੀ ਜਿੰਨੀਆਂ ਵੀ ਹੁੰਦੀਆਂ ਨੇ, CRPTO ਹੈਗਾ, ਉਹ ਸਾਰੀਆਂ ਇਹਦੇ 'ਚ ਸਹੂਲਤਾਂ ਬਣੀਆਂ ਤਣੀਆਂ ਹੈਗੀਆਂ ਨੇ। ਕਹਿਣ ਤੋਂ ਭਾਵ ਤੁਸੀਂ ਜੇ 65 ਪਾਵਰ ਦੇ ਵਿੱਚ ਆਪਾਂ ਸਵਰਾਜ, JD, ਹੋਲੈਂਡ, ਅਰਜਨ ਨੂੰ ਕੰਸਿਡਰ ਕਰਦੇ ਹੁੰਦੇ ਸੀ ਮੋਟੇ ਟਰੈਕਟਰਾਂ 'ਚ, ਆਉਂਦੇ ਤਾਂ ਹੋਰ ਵੀ ਨੇ, ਹੁਣ ਤੁਸੀਂ 5 ਟਰੈਕਟਰ ਗਿਣ ਸਕਦੇ ਹੋ, ਇਹਨੂੰ ਵੀ ਤੁਸੀਂ ਵਿਚਾਰ ਸਕਦੇ ਹੋ, ਜੇ ਕੋਈ ਲੈਣਾ ਚਾਹੁੰਦਾ ਤਾਂ ਵਿਚਾਰ ਸਕਦਾ। ਹਾਂ,
ਮਾੜੀਆਂ ਮੋਟੀਆਂ ਜਿਹੜੀਆਂ ਕੋਈ ਪ੍ਰੋਬਲਮਾਂ ਸ਼ਰੋਬਲਮਾਂ ਸੀ ਆਰ ਡੀ 'ਚ, ਕੋਈ ਸੈਂਸਰ 'ਤੇ ਮਿੱਟੀ ਲੱਗ ਗਈ, ਜੇ ਉਹ ਲੱਗ ਗਈ, ਉਹ ਬੜੀਆਂ ਕੋਮਨ ਚੀਜ਼ਾਂ ਨੇ, ਉਹ ਜਿੰਨਾ ਚਿਰ ਇੰਡੀਜੀਨੀਅਸ ਟਰੈਕਟਰ ਹੁੰਦੇ ਨਹੀਂ, ਉਹ ਹਾਲੇ ਟਾਈਮ ਲੱਗਣਾ 1-2 ਸਾਲ, ਉਹ ਹੌਲੀ ਹੌਲੀ ਹੋਣੇ ਹੀ ਹੋਣੇ ਨੇ। ਬਾਕੀ ਤੁਸੀਂ ਲਾਈਟਾਂ ਦੇਖ ਰਹੇ ਹੋ, ਲਾਈਟਾਂ ਬਹੁਤ ਵਧੀਆ ਨੇ, ਐਰੋਡਾਇਨਾਮਿਕ ਸ਼ੇਪ ਬਹੁਤ ਵਧੀਆ, ਬੁੱਕਲ ਦਾ ਬਹੁਤ ਆ ਟਰੈਕਟਰ, ਬਿਲਕੁਲ ਬੁੱਕਲ 'ਚ ਹੈ, ਆ ਤੁਹਾਡੇ ਆ ਹੀਟ ਗਾਰਡ ਜੇ ਵੀ ਲੱਗੇ ਹੋਏ ਨੇ, ਪਲੇਟਫਾਰਮ ਵੀ ਹੈਗਾ। ਬਾਕੀ ਤਾਂ ਆਲਮੋਸਟ ਟਰੈਕਟਰਾਂ 'ਚ ਸਾਰਾ ਕੁਛ ਸੇਮ ਹੀ ਹੁੰਦਾ, ਸਾਰਾ ਕੁਛ ਸੇਮ ਹੁੰਦਾ, A-Z ਅੱਗੇ ਤੋਂ ਲੈ ਕੇ ਪਿੱਛੇ ਤੱਕਰ। ਡਬਲ ਐਕਟਿੰਗ ਡਿਸਟ੍ਰੀਬਿਊਟਰ ਹੈਗਾ, ਲਿਫਟ ਦੀ ਕੈਪੈਸਿਟੀ ਵਧੀਆ। ਅਤੇ ਸਭ ਤੋਂ ਮੇਨ ਐਂਡ 'ਤੇ ਗੱਲ ਆਪਾਂ ਕਰ ਲਈਏ, ਫਾਰਮ ਟਰੈਕ ਨੇ ਜਿਹੜੀ ਪਿੱਛੇ ਬੇਧਿਆਨੀ ਕਰੀ, ਉਹਦਾ ਇਹਨਾਂ ਨੂੰ ਮੁੱਲ ਤਾਰਨਾ ਪਿਆ। ਪਰ ਹੁਣ ਫਾਰਮ ਟਰੈਕ ਦੀਆਂ ਤੁਸੀਂ ਲਿੰਕਾਂ ਦੇਖ ਲਓ, ਇੰਨੀਆਂ ਨਿੱਗਰ ਲਿੰਕਾਂ ਨੇ, ਫੈਂਡਰ ਇੰਨੇ ਕੁ ਹਾਈ ਕੁਆਲਿਟੀ ਦੇ ਨੇ, ਹਰ ਚੀਜ਼ ਮਤਲਬ ਕਿ ਕੁਆਲਿਟੀ 'ਤੇ ਪੂਰਾ ਧਿਆਨ ਦਿੱਤਾ ਗਿਆ। ਕੋਈ ਵੀ ਕੰਪਨੀ ਇੱਕ ਵਾਰੀ ਉਹ ਪੀਕ 'ਤੇ ਜਾਂਦੀ ਆ, ਪੱਥਰ ਚੱਟ ਕੇ ਮੁੜਦੀ ਆ, ਫਿਰ ਜਦ ਪੱਥਰ ਚੱਟ ਕੇ ਮੁੜੇ ਆਉਂਦੀ ਆ ਨਾ ਮੱਛੀ, ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਪੱਥਰ ਦਾ ਮੁੱਲ ਕੀ ਹੁੰਦਾ। ਅੱਜ ਫਾਰਮ ਟਰੈਕ ਬਹੁਤ ਮਿਹਨਤ ਕਰਕੇ ਅੱਗੇ ਵੱਧ ਰਿਹਾ, ਬਿਲਡ ਕੁਆਲਿਟੀ 'ਚ ਬਹੁਤ ਸੁਧਾਰ ਆ, ਮਤਲਬ ਮੈਨੇਜਮੈਂਟ 'ਚ ਬਹੁਤ ਸੁਧਾਰ ਆ, ਹਰ ਪੱਖ ਤੋਂ ਆਪਣੇ ਆਪ ਨੂੰ ਇੰਪਰੂਵ ਕਰ ਰਿਹਾ। ਮੇਰਾ ਖਿਆਲ ਹੈ ਆਪਾਂ ਨੂੰ ਵੀ ਮੌਕਾ ਦੇਣਾ ਚਾਹੀਦਾ, ਕਿਤੇ ਵੀ ਕੋਈ ਕੋਸਟ ਕਟਿੰਗ ਵਾਲੀ ਗੱਲ ਨਹੀਂ ਹੈਗੀ। ਬਾਕੀ ਮਾਰਕੀਟ ਕੋਈ ਪਸੰਦ ਕਰਦਾ, ਉਹ ਸਾਰੀਆਂ ਅਲੱਗ ਗੱਲਾਂ ਨੇ, ਪਰ ਜੇ ਤੁਸੀਂ ਕੁਆਲਿਟੀ ਦੇਖੋ, ਤੁਸੀਂ ਪਹਿਲਾਂ ਫਾਰਮ ਟਰੈਕ ਚਲਾਇਆ ਹੋਇਆ, ਉਹ ਫਿਰ ਬੰਦੇ ਨੂੰ ਉਹੀ ਵਧੀਆ ਲੱਗਦਾ ਹੁੰਦਾ। ਇਹ ਉਹਦੇ 'ਚ ਉਹ ਤੁਹਾਨੂੰ ਇਹਦੇ 'ਚ ਗੁਣ ਉਹ ਮਿਲਣਗੇ ਜਿਹੜੇ, ਉਹ ਇੱਕ ਨਾ ਜਿਹੜਾ ਬੇਸ ਹੁੰਦਾ ਟਰੈਕਟਰ ਦਾ, ਉਹ ਸਿਰੇ ਤੱਕ ਉਹੀ ਰਹਿੰਦਾ ਹੁੰਦਾ, ਕੋਈ ਕੰਪਨੀ ਬੇਸ ਨਹੀਂ ਛੇੜਦੀ ਹੁੰਦੀ। ਤੋ ਤੁਸੀਂ ਇਹਨੂੰ ਵਿਚਾਰ ਸਕਦੇ ਹੋ ਜੇ ਕੋਈ ਲੈਣਾ ਚਾਹੁੰਦਾ, ਪਰ ਮੈਂ ਇੱਕ ਬੇਨਤੀ ਕਰਦਾ, ਹਮੇਸ਼ਾ ਚਲਾ ਕੇ ਦੇਖੋ ਟਰੈਕਟਰ ਨੂੰ, ਖਰਚਾ ਕੱਢ ਕੇ ਦੇਖੋ, ਸਪੀਡਾਂ ਤੁਹਾਨੂੰ ਵਾਰਾ ਖਾਂਦੀਆਂ ਨੇ ਉਹ ਦੇਖੋ, ਫਿਰ ਟਰੈਕਟਰ ਨੂੰ ਹੱਥ ਪਾਓ, ਉਹ ਤੋਂ ਇਲਾਵਾ ਹੱਥ ਨਾ ਪਾਓ। ਸੋ ਮੇਰਾ ਖਿਆਲ ਹੈ ਵੀ ਸਾਰਾ ਕੁਛ ਕਲੀਅਰ ਹੋ ਗਿਆ, ਕੁਛ ਰਹਿ ਨਹੀਂ ਗਿਆ, ਜੇ ਫਿਰ ਵੀ ਕੁਛ ਰਹਿ ਗਿਆ ਹੋਇਆ ਤਾਂ ਆਪਾਂ ਦੁਬਾਰੇ ਕਰ ਲਾਂਗੇ। ਇੱਥੇ ਹੀ ਆ ਇਹ ਮੁੰਡੇ ਦਾ ਟਰੈਕਟਰ ਆ ਭਾਈ, ਹੈ ਮੁੰਡਾ ਚਨਾਥਲ ਤੋਂ ਰਹਿੰਦਾ, ਉਹ ਇੱਧਰ ਜਗਰਾਉਂ ਸਾਈਡ ਆ, ਉਹ ਭਰਾ ਨੇ ਭੇਜੀ ਅਤੇ ਆਪਾਂ ਇਹਦੀ ਰੀਲ ਵੀ ਪਾਈ ਸੀ। ਮੇਰਾ ਖਿਆਲ ਸਾਰਾ ਕੁਛ ਕਲੀਅਰ ਹੈ। ਅਤੇ ਆ ਲਾਈਟਾਂ ਲੁੱਟਾਂ ਤੁਸੀਂ ਦੇਖ ਹੀ ਲਈਆਂ, LED ਉਹ ਮੈਂ ਕਰਦਾ ਨਹੀਂ ਹੁੰਦਾ, ਮੀਟਰ ਮੂਟਰ ਜੋ ਵੀ ਹੈ ਬਹੁਤ ਹੈ। ਜੁੜੇ ਰਹੋ, ਸਤਿ ਸ਼੍ਰੀ ਅਕਾਲ।